ਤੇ ਚਾਰ ਪੰਜ ਗੱਡੀਆਂ ਬਣਾਉਣਾ ਚਾਹਵੇ ਤੇ ਉਹਦਾ ਨਿਜ਼ਾਮ ਚੱਲ ਸਕਦਾ ਹੈ ਉਹ ਠੀਕ ਹੈ ਪਿਆ ਤਕਰੀਬਨ ਇੱਕ ਗੱਡੀ ਜਿਹੜੀ ਹੈ ਨਾ ਚੱਕਰ ਦੇ ਨਾਲ ਨਾਰਮਲ ਨਾਰਮਲ ਨਾ 6.5 ਲੱਖ ਰੁਪਏ ਦੀ ਬਚਤ ਦਿੰਦੀ ਹੈ ਇੱਕ ਚੱਕਰ ਨਾਲ ਮੈਂ ਇੱਕ ਚੱਕਰ ਨਾਲ ਮਾਸ਼ਾਅੱਲਾ ਤੇ ਉਸਾ ਜੀ ਕਿਤਨੇ ਮਹੀਨੇ ਦੇ ਚੱਕਰ ਲੱਗਵੇ ਨੇ ਤੱਕ ਦੋ ਵੀ ਲੱਗਵੇ ਨੇ ਤੇ ਅਸਲਾਮ ਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਠੀਕ ਹੋ ਮੈਂ ਤੁਹਾਡਾ ਵੀਰਾ ਇਮਰਾਨ ਖਾਨ ਤੇ ਤੁਸਾਂ ਦੇ ਪਿਆ ਮੇਰਾ YouTube ਚੈਨਲ ਇਮਰਾਨ ਮਾਨੂ ਉਮੀਦ ਕਰੇ ਨਾ ਤੁਸਾਂ ਠੀਕ ਹੋ ਸੋ ਅੱਜ ਜਨਾਬ ਘਰ ਆਇਆ ਹਾਂ ਮੈਂ ਤੁਸਾਂ ਦੇ ਪਿਆ ਕੋਈ ਸਾਫ ਸੁਥਰਾ ਕੱਪੜੇ ਪਾਈ ਪਾਈ ਕਲਾ ਤੇ ਇੱਥੇ ਮੇਰਾ ਦੋਸਤ ਗੱਡੀ ਚਲਾਉਂਦਾ ਉਸਤਾਦ ਅਲੀ ਖਾਨ ਹਾਉ ਗੱਡੀ ਏ ਇਹ ਜਨਾਬ ਅੱਗੇ ਦੀ ਮੈਂ ਵੀਡੀਓ ਬਣਾਈ ਹੈ ਲੇਕਿਨ ਇਹਦਾ ਮੁਕੰਮਲ ਇੰਟਰਵਿਊ ਕੋਈ ਨਹੀਂ ਕੀਤਾ ਕਿਉਂਕਿ ਥੋੜਾ ਜਲਦੀ ਅਚਾਨਕ ਉਹਦਾਂ ਨੇ ਇਰਾਨ ਹੀ ਨਾ ਵੈਣ ਆਇਆ ਤੇ ਇਰਾਨ ਬਾਰਡਰ ਤੇ ਵੈਣ ਆਇਆ ਉਦੋਂ ਮੈਨੂੰ ਇਸਲਾਮਾਬਾਦ ਮਿਲਿਆ ਤੇ ਕੋਈ ਦੋਸਤਾਂ ਦੀ ਫਰਮਾਇਸ਼ ਹੈ ਬਈ ਯਾਰ ਇਸ ਗੱਡੀ ਦਾ ਨਾ ਮੁਕੰਮਲ ਇੰਟਰਵਿਊ ਕੀਤਾ ਜਾਂ ਬਈ ਇਹਦੀ ਕੀਮਤ ਦੀ ਕੀ ਹੈ ਇਹ ਇਹਦੀ ਡੀਜ਼ਲ ਦੀ ਐਵਰੇਜ ਕੀ ਹੈ ਤੇ ਇਸ ਦੇ ਯਾਨੀ ਕਿ ਸਾਰੀ ਗੱਡੀ ਦੀ ਮੁਕੰਮਲ ਮਾਲੂਮਾਤ ਲੈ ਕੇ ਸੰਦੇ ਤੇ ਤੇ ਅੱਜ ਇਹ ਸਾਹਿਬ ਮੈਂ ਗਾਰਾ ਹਾਂ ਤੇ ਉਸਤਾਦ ਹੋਰੀ ਤੁਹਾਂਦੇ ਪੈਣ ਤੇ ਥਾਈ ਖਲੇ ਮੈਂ ਕਿ ਚਲੋ ਉਸਤਾਦ ਰੋਕਰ ਮਾਪੁਰ ਮੁਕਮਲ ਮਾਲੂਮਾਤ ਲਸਾਂ ਤੇ ਦੋਸਤਾਂ ਨਾਲ ਸ਼ੇਅਰ ਕਰਸਾਂ ਉਮੀਦ ਕਰਨਾ ਵੀਡੀਓ ਤੁਹਾਨੂੰ ਪਸੰਦ ਆਸੀ ਤੇ ਅਗਰ ਸਾਡੇ ਚੈਨਲ ਤੇ ਨਵੇਂ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰ ਦੇ ਤਾਂ ਕਿ ਸਾਡੀ ਹਰ ਨਵੀਆਂ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚਦੇ ਰਵੇ ਤੇ ਆਓ ਪਹਿਲੇ ਤੁਹਾਨੂੰ ਗੱਡੀ ਵਿਖਾਈਨੇ ਗੱਡੀ ਵਿਖਾਉਣ ਤੋਂ ਬਾਅਦ ਸਾਰੇ ਤੁਹਾਨੂੰ ਬਾ ਉਸਤਾਦ ਨਾਲ ਮਿਲਸਾਂ ਇਦੋਸ ਸਸਾ ਗੱਡੀ ਤੁਹਾਨੂੰ ਭਾਈ ਕਾਏ ਗੱਡੀ ਮੈਨ ਕਰਨਾ ਪਸੰਦਾ ਹੋਸੀ ਉਸਤਾਦ ਹੋਰੀ ਸਾਡੇ ਨਾਲ ਬੈਠੇ ਸਾਰੀ ਮਾਲੂਮਾਤ ਲੈਣਾ ਇਸ ਗੱਡੀ ਦੀ ਹੇਕ ਤੇ ਹੁਣ ਕੈਬਨ ਬੈਠਾ ਇਹ ਵੇਖ ਲਓ ਕਿ ਮੈਂ ਫੁੱਲ ਖੜੋ ਰਖ ਲਾਈ ਇਥੇ ਤੇ ਉੱਤਾਂ ਵੀ ਤਕਰੀਬਨ ਅੱਧਾ ਫੁੱਟ ਜਗ੍ਹਾ ਜਗ੍ਹਾ ਤਕਰੀਬਨ ਹੁਣ ਅੱਧਾ ਫੁੱਟ ਜਗ੍ਹਾ ਬਚਦੀ ਪਈ ਹੈ ਵੇਖ ਲਓ ਬਈ ਇਤਨਾ ਖੁੱਲਾ ਕੈਬਨ ਹੈ ਡਬਲ ਬੈੱਡ ਵੇਖ ਲਓ ਤੇ ਬੜੀ ਖੁੱਲੀ ਗੱਡੀ ਹੁਣ ਆਰਾਮ ਸਕੋਣ ਵਾਲਾ ਯਾਨੀ ਕਿ ਆ ਜਨਾ ਚਾਰ ਪੰਜ ਬੰਦੇ ਬੈਠੇ ਕੋਈ ਮਸਲਾ ਪਰਚਾਨੀ ਕੋਈ ਨਹੀਂ ਤੁਸੀਂ ਗੱਪ-ਸ਼ਪ ਕਰਨਾ ਅਸਲਾਮੁਅਲੈਕੁਮ ਸਾਜੀ ਵਾਲੇਕੁਮ ਅਸਤਾਮ ਕੀ ਹਾਲ ਚਾਲ ਹੈ ਠੀਕ ਹੋ ਸ਼ੁਕਰ ਅਲਹੁਮਦੁਲਿਲਾ ਠੀਕ ਠਾਕ ਜੀ ਉਸਤਾਜੀ ਨਾਂ ਦੱਸੇ ਸੱਚ ਆਪਣੇ ਨਾਜ਼ਰੇਨਾਂ ਅਲੀ ਬਲੋਚ ਜੀ ਅਲੀ ਬਲੋਚ ਅਲੀ ਬਲੋਚ ਮੇਰਾ ਦੋਸਤ ਹੈ ਇਹਨਾਂ ਪਏ ਬੜੇ ਘਰੇ ਦੋਸਤ ਅੱਛਾ ਉਸਤਾਜੀ ਇੱਕ ਗੱਡੀ ਦੇ ਅੱਗੇ ਮੈਂ ਵੀਡੀਓ ਬਣਾਇਆ ਤੇ ਕੁਝ ਦੋਸਤਾਂ ਫਰਮਾਇਸ਼ ਕੀਤੀ ਹੈ ਯਾਨੀ ਕਿ ਇਸ ਗੱਡੀ ਦੀ ਬਗੈਮ ਕਮਲ ਮਾਲੂਮਾਤ ਬਣਾਉਣ ਲੈ ਹੋਏ ਹੈ ਉਸਤਾਜੀ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਚਲਦੇ ਹੋ ਅਸੀਂ ਬਲੋਚਿਸਤਾਨੇ ਚੱਲਨੇ ਆ ਮੰਦ ਬਾਰਡਰ ਈਰਾਨ ਬਾਰਡਰ ਤਫਤਾਨ ਅੱਛਾ ਅਸੀਂ ਜੜਾ ਨਾ ਇੱਧੇ ਚੱਲਨੇ ਬਲੋਚਿਸਤਾਨ ਦੇ ਵਿੱਚ ਚਮਨ ਹੋ ਗਿਆ ਹੁਣ ਤੁਸੀਂ ਕਿ ਦੂਆ ਰਹੇ ਹੋ ਅਸੀਂ ਹੁਣ ਮੰਦ ਤੋ ਆ ਰਹੇ ਹਾਂ ਬਲੋਚਿਸਤਾਨ ਤੋਂ ਫੈਸਲਾਬਾਦ ਖਾਲੀ ਕੀਤੇ ਜੀ ਫੈਸਲਾਬਾਦ ਖਾਲੀ ਕੀਤੇ ਜੀ ਹੁਣ ਵਾਪਸੀ ਵਾਤੋ ਦਾਈ ਵੈਸੋ ਹੁਣ ਵਾਪਸ ਅਸੀਂ ਬਸਾ ਇਰਾਨ ਬਾਰਡਰ ਤੇ 250 ਤੇ ਜੀ ਅੱਛਾ ਉਸਾ ਜੀ ਇਹ ਦੱਸੋ ਇਸ ਗੱਡੀ ਦੀ ਪਾਵਰ ਸ਼ਾਵਰ ਨਾਲ ਕੇ ਸਿਸਟਮ ਪਾਵਰ ਸ਼ਾਵਰ ਦੇ ਲਿਹਾਜ਼ ਨਾਲ ਕੀ ਹੋ ਜਾਈਏ ਇਹ ਦੀ ਪਾਵਰਫੁਲ ਗੱਡੀ ਹੈ ਭਾਈ ਇਸ ਦੇ ਨਾਲ ਦੀ ਹੋਰ ਪਾਵਰਫੁਲ ਗੱਡੀ ਪਾਕਿਸਤਾਨ ਵਿੱਚ ਸ਼ਾਇਦ ਨਹੀਂ ਹੈ ਭਾਈ ਅੱਛਾ ਹਾਂਜੀ ਤੇ ਤੁਸੀਂ ਵਜ਼ਨ ਕਿੰਨਾ ਪਾਉਂਦੇ ਉਦੋਂ ਅਸੀਂ ਉਦੋਂ ਵਜ਼ਨ 80 ਟਨ ਪਾ ਕੇ ਆਨੇ ਜੀ 80 ਟਨ ਵਜ਼ਨ ਪਾ ਲੈਂਦੇ ਹੋ ਤੇ ਇਹ ਰਸਤੇ ਦੀ ਕੋਈ ਪਹਾੜੀ ਛਾੜੀਆਂ ਆਂਦੀਆਂ ਨੇ ਬਾਕੀ ਜਪਾਨੀ ਗੱਡੀਆਂ ਵੀ ਵਹਿੰਦੀਆਂ ਉਨਾ ਦੇ ਨਾਲ ਇਹ ਬਰਾਬਰ ਆਂਦੀ ਹੈ ਜਾਂ ਕਿ ਸਿਸਟਮ ਹੈ ਕੋਈ ਕੋਈ ਮਸਲਾ ਇਸ ਨੂੰ ਕੋਈ ਪਰਵਾਹ ਨਹੀਂ ਹੈ ਵਜ਼ਨ ਦੀ ਨਾ ਕੋਈ ਉਹ ਉਹ ਜਾਪਾਨੀ ਗੱਡੀ ਦੇ ਨਾਲ ਇਹ ਬਰਾਬਰ ਨਹੀਂ ਆਂਦੀ ਉਹਨਾਂ ਤੋਂ ਇਹ ਜ਼ਿਆਦਾ ਹੈ ਪਈ ਅੱਛਾ ਜਿੱਥੇ ਜਾਪਾਨੀ ਦੂਤ ਤਰੀਏ ਗੇਰੇ ਚਾਂਦੀ ਉੱਥੇ ਚੌਥੇ ਪੰਜਵੇਂ ਗੇਰੇ ਚਾਂਦੀ ਮਾਸ਼ਾਅੱਲੁਮ ਅੱਜ ਸਾਡੀ ਇੱਕ ਮਿਸਾਲ ਐ ਐਫ ਐਮ 2 ਪੀ ਐਪ ਗੱਡੀ ਉਹਦੀ ਬੜਾ ਨਾਂ ਹੈ ਇਸਨੇ ਪਾਕਿਸਤਾਨ ਵਿੱਚ ਹੈ ਉਸ ਦੇ ਲੈਵਲ ਨਾਲ ਇਹ ਗੱਡੀ ਉਸ ਤੋਂ ਹਾਈ ਹੈ ਜਾਂ ਲੋਅ ਹੈ ਤਕਰੀਬਨ ਹਾਈ ਨਹੀਂ ਨਾ ਤੇ ਉਸ ਤੋਂ ਲੋ ਵੀ ਨਹੀਂ ਹੈ ਇਹਨਾਂ ਦੇ ਬਰਾਬਰ ਹੈ ਤਕਰੀਬਨ ਉਹਦੇ ਬਰਾਬਰ ਹੀ ਹੈ ਭਾਈ ਇਹ ਨਹੀਂ ਬੇ ਉਸ ਤੋਂ ਲੋ ਜਾਂ ਹਾਈ ਤਕਰੀਬਨ ਉਹਦੇ ਬਰਾਬਰ ਹੈ ਭਾਈ ਉਸ ਤੋਂ ਜ਼ਿਆਦਾ ਹੋ ਸਕਦੀ ਹੈ ਕੰਮ ਨਹੀਂ ਹੋ ਸਕਦੀ ਅੱਛਾ ਤੇ ਇਹਦੇ ਉਸਾਜੀ ਗੇਅਰ ਕਿਤਨੇ ਹਨ ਭਾਈ ਇਸ ਤੇ 12 ਗੇਅਰ ਹਨ ਜੀ 12 ਗੇਅਰ ਇਹ ਕਿਵੇਂ ਕਿਵੇਂ ਲੱਗਦੇ ਕੋਈ ਸਿਸਟਮ ਹੈ ਇਸ ਤੇ ਪੁੱਠੇ ਗੇਅਰ ਹਨ ਜੀ ਉੱਠੇ ਸਾਈਡ ਤੋਂ ਸ਼ੁਰੂ ਹੁੰਦੇ ਨੇ ਜੀ 6 ਇਸ ਤੇ ਜਿਹੜਾ ਨੇ ਪਾਈ ਹੈ ਨਾ ਅੱਛਾ 5 ਲੋ ਹੈ 2 ਰਿਵਰਸ ਇਹ ਬਟਨ ਵਾਲੀ ਹੈ ਥਪਕੀ ਵਾਲੀ ਇਹ ਬਟਨ ਵਾਲੀ ਹੈ ਜੀ ਬਟਨ ਵਾਲੀ ਹੋਗੀ ਉਸਾਈ ਤੋਂ ਸਭ ਤੋਂ ਵਜ਼ਨ ਕਿੰਨਾ ਪਾਦੇ ਹੋ 82 85 ਟਨ ਪਾ ਕੇ ਨੇ 85 ਟਨ ਤੇ ਇਹਦੇ ਕੋਈ ਕਿਰਾਏ ਦੀ ਮਾਲੂਮਾਤ ਹੁੰਦੀ ਹੈ ਉਹ ਨੇਕ ਨੂੰ ਸਾਰਾ ਪਤਾ ਮੋਰ ਨੇਕ ਨੂੰ ਪਤਾ ਜੀ ਉਹਨਾਂ ਦੇ ਹੁੰਦਾ ਲੈਣ ਦੇਣ ਸਾਰਾ ਕੁਝ ਆਪਣਾ ਮਾਲ ਵਿੱਚ ਚਵਾਇੰਦਨ ਕਿਰਾਇਆ ਲਵਿ ਉਹਨਾਂ ਨੂੰ ਪਤਾ ਜੀ ਯਾਨੀ ਕਿ ਸਾਰਾ ਉਹਨਾਂ ਦਾ ਸਿਸਟਮ ਹੈ ਜੀ ਅਗਰ ਕਿਸੇ ਉਸਤਾਦ ਪ੍ਰਾਈਵੇਟ ਗੱਡੀ ਭੇਜ ਤੁਹਾਡੀ ਤਾਂ ਕੰਪਨੀ ਦੀ ਗੱਡੀ ਹੈ ਅਗਰ ਕਿਸੇ ਬਿਰਾ ਪ੍ਰਾਈਵੇਟ ਗੱਡੀ ਲਾ ਕੇ ਬ ਪਾਵਣੀ ਹੋਈ ਉਹਦੇ ਨਾਲ ਕਿ ਸਿਸਟਮ ਹੁੰਦਾ ਕੋਈ ਸਿਸਟਮ ਹੋ ਸਕਦਾ ਹੈ ਉਹਦਾ ਜਾਂ ਨਹੀਂ ਹੋ ਸਕਦਾ ਹੋ ਸਕਦਾ ਹੈ ਇਸ ਤਰ੍ਹਾਂ ਪਾਲ ਇਹਨਾਂ ਲੋਗ ਲੇਕਿਨ ਜਿਹੜਾ ਨਾ ਇੱਕ ਅੱਧੀ ਗੱਡੀ ਦੇ ਨਾਲ ਨਾ ਨਿਜ਼ਾਮ ਨਹੀਂ ਚੱਲਦਾ ਬਹੁ ਜ਼ਰਤ ਲੈ ਕਮ ਆਸ ਕਮ ਦਾ 12 ਗੱਡੀਆਂ ਹੋਣ ਅੱਛਾ ਫਿਰ ਨਿਜ਼ਾਮ ਬਹੁ ਜ਼ਰਤ ਲੈ ਠੀਕ ਹੈ ਅਗਰ ਇੱਕ ਗੱਡੀ ਹੋਸੀ ਤੇ ਉਹਦੇ ਨਾਲ ਨਿਜ਼ਾਮ ਨਹੀਂ ਚੱਲਦਾ ਬਹੁ ਜ਼ਰਤ ਨਹੀਂ ਚੱਲਦਾ ਅੱਛਾ ਵੈਸੇ ਤੁਹਾਨੂੰ ਕੋਈ ਅੰਦਾਜ਼ਾ ਹੋਸੀ ਅਗਰ ਕਿਸੇ ਸਾਡ ਮੇਰੇ ਇੱਕ ਦੋਸਤ ਹੈ ਮੈਸੇਜ ਕੀਤਾ ਜਰਮਨੀ ਕਿਹੜਾ ਉਸਮਨ ਸ਼ਹਿਰ ਦੇ ਸੇ ਆਈ ਉਸਮਨ ਦੇ ਸੇ ਆਈ ਯਾਰ ਭਾਈ ਮੇਰੇ ਕਿ ਚਾਰ ਪੰਜ ਗੱਡੀਆਂ ਤੇ ਅਗਰ ਉਹ ਇੱਕ ਮਸਾਲੇ ਬਹੁਤ ਜ਼ਰ ਬਣਾਉਣਾ ਚਾਵੇ ਤਾਂ ਮਹੀਨੇ ਦੀ ਇੱਕਰ ਗੱਡੀ ਕਿੰਨੀ ਕੰਮ ਦੇਣ ਦੇ ਸਕਦੇ ਕੋਈ ਅੰਦਾਜ਼ਾ ਹੈ ਅਗਰ ਉਹ ਨਹੀਂ ਉਸ ਨੇ ਚਾਰ ਪੰਜ ਗੱਡੀਆਂ ਬਣਾਉਣਾ ਚਾਹਵੇ ਤੇ ਉਹ ਦਾ ਨਿਜ਼ਾਮ ਚੱਲ ਸਕਦਾ ਹੈ ਉਹ ਠੀਕ ਹੈ ਪਿਆ ਤਕਰੀਬਨ ਇੱਕ ਗੱਡੀ ਜਿਹੜੀ ਹੈ ਨਾ ਚੱਕਰ ਦੇ ਨਾਲ ਨਾਰਮਲ ਨਾਰਮਲ ਨਾ 6.5 ਲੱਖ ਰੁਪਏ ਬਚਤ ਦਿੰਦੀ ਹੈ ਇੱਕ ਚੱਕਰ ਨਾਲ ਇੱਕ ਚੱਕਰ ਨਾਲ ਮਾਸ਼ਾਅੱਲਾ ਤੇ ਉਸਾ ਜੀ ਕਿਤਨੇ ਇੱਕ ਮਹੀਨੇ ਦੇ ਚੱਕਰ ਲਗਵਾਏ ਜਨ ਤੱਕ ਦੋ ਵੀ ਲਗਵਾਏ ਨੇ ਤਿੰਨ ਵੀ ਲਗਵਾਏ ਦਿਨ ਇੱਕ ਵੀ ਲੱਗਦਾ ਇੱਥੇ ਅੰਦਾਜ਼ਾ ਨਹੀਂ ਹੁੰਦਾ ਇਹ ਤੱਕ ਗੈਸ ਦੇ ਨਾਲ ਮਾਲੂਮਾਤ ਹੁੰਦੀ ਹੈ ਅੱਛਾ ਇਹ ਦਰੇਟ ਬੜਦਾ ਚੜਦਾ ਰਹਿੰਦਾ ਉਸ ਤੋਂ ਬਾਅਦ ਇਸ ਦਾ ਜਿਹੜਾ ਇਹਨਾਂ ਸਿਸਟਮ ਹੈ ਪਿਆ ਭਾਈ ਕਦੇ 1 ਲੱਗ ਗਿਆ ਕਦੇ 2 2 ਤੱਕ ਲੱਗ ਜਾਂਦੇ ਨੇ 2 ਫਿਰ ਅਜਬ ਸਾਹਿਬ ਇੱਕ ਮਿਸਾਲ ਹੈ ਤੁਸੀਂ ਇਸ اسلام آباد ਨੂੰ ਵਣਿਓ ਜਾਂ ਇਸ ਫੈਸਲਾਬਾਦ ਨੂੰ ਵਣਿਓ ਈਰਾਨ ਹੈ ਹੁਣ ਤਾਂ ਫੈਸਲਾਬਾਦ ਨੂੰ ਆਂਦੇ ਪਹਿਲਾਂ ਜੀ ਫੈਸਲਾਬਾਦ ਨੂੰ ਵਣਿਓ ਉੱਥੇ ਤੁਹਾਡਾ ਕਿੰਨੇ ਖਰਚ ਹੋਵੇ ਸੀ ਗੱਡੀ ਦਾ ਡੀਜ਼ਲ ਦਾ ਸਿਰਫ ਡੀਜ਼ਲ ਦਾ ਇਹ ਤਾਂ ਮਾਲੂਮਾਤ ਨਹੀਂ ਕਰ ਸਕਦੇ ਬਈ ਕਿਤਨੇ ਕੋ ਐਸੀ ਕਿਉਂਕਿ ਅਸੀਂ ਪਾਕਿਸਤਾਨੀ ਵੀ ਪਹਿਨਿਆ ਤੇ ਇਰਾਨੀ ਡੀਜ਼ਲ ਵੀ ਪਹਿਨਿਆ ਇਹ ਮਿਕਸ ਪਹਿਨਿਆ ਇਹ ਤਾਂ ਨਹੀਂ ਪਤਾ ਲੇਕਿਨ ਗੱਡੀ ਆਣ ਜਾਣ ਦਾ ਜਿਹੜਾ ਫੈਸਲਾ ਬਾਦ ਦਾ ਹੈ ਪਿਆ ਡੀਜ਼ਲ ਉਹ ਤਕਰੀਬਨ 1600 ਲੀਟਰ ਡੀਜ਼ਲ ਖਾਣਾ ਗੱਡੀ ਆਣ ਜਾਣ ਦਾ 200 ਹਾਂ 250 ਇਰਾਨ ਬਾਰਡਰ ਤੋਂ ਆਣ ਜਾਣ ਦਾ ਤਕਰੀਬਨ ਇਸ ਗੱਡੀ ਜਾਂ ਜਾਪਾਨੀ ਗੱਡੀ ਜਾਪਾਨੀ ਗੱਡੀ ਦਾ ਡੀਜ਼ਲ ਤੇ ਕੋਈ ਫਰਕ ਹੈ ਜਾਂ ਬਰਾਬਰ ਬਰਾਬਰ ਜਾਪਾਨੀ ਗੱਡੀ ਤੋਂ ਤਕਰੀਬਨ ਇਸ ਦਾ ਜਿਹੜਾ ਨਾ ਜ਼ਿਆਦਾ ਤੋਂ ਜ਼ਿਆਦਾ 50 60 70 ਲੀਟਰ ਦਾ ਫਰਕ ਹੈ

बड़ी जारी टापिया जो, जो, जा जो चीज़ें ना ना उस तरह साधी, साधी है बिल्कुल सादी है पे कोई एदपल सिंपल इंजन -सिंपल पे इसका कोई ऐसे इशू नहीं है पे बाकी एसी मेसी हीटर शीटर सब कुछ चालू है बिल्कुल बेहतरीन है खैर उस्ताद अली गप गपशप हो गए ਤੇ ਹੋਰ ਕੋਈ ਪੈਗਾਮ ਦੇਵਣਾ ਚਾਹਸੋ ਸਾਜੀ ਜਿਹੜੇ ਸਾਡੇ ਦੋਸਤ ਆ ਗਰਾ ਸਾਡੇ ਖਾਸ ਤੌਰ ਤੇ ਬਹਿਰ ਜਿਹੜੇ ਪਰਦੇਸੀ ਬਿਰਾਡ ਡਰਾਈਵਰ ਜਾਂ ਪਾਕਿਸਤਾਨ ਇਹ ਸਾਨੂੰ ਸੁਣ ਰਿਹਾ ਉਹਨਾਂ ਦੇ ਵਾਸਤੇ ਬਸ ਉਹਨਾਂ ਨੂੰ ਕੀ ਪੈਗਾਮ ਦੇਵਣਾ ਚਾਹਸੋ ਚਲੋ ਅੱਲਾਹ ਪਾਕ ਉਹਨਾਂ ਨੂੰ ਖੁਸ਼ ਰੱਖੇ ਚਲੋ ਉਸਤਾਦ ਅਲੀ ਖਾਨ ਨਾਲ ਗੱਪਸ਼ਾਪ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਸੀ ਆ ਉਮੀਦ ਕਰਦੇ ਹਾਂ ਤੇ ਅਗਾਂ ਗਾਰਾ ਸਾ ਵੀਡੀਓ ਵਿੱਚ ਤੇ ਮੇਰੀ ਨਾ ਅਸੀਫ ਤੇ ਇਨਸ਼ਾ ਅੱਲਾ ਮਿਲ ਸੁਣੋ ਵੀਡੀਓ ਓਕੇ ਅੱਲਾਹ ਹਾਫਿਜ਼ ਦੁਆਵਾਂ ਯਾਦ ਰੱਖੇ